ਕਾਨਫਰੰਸ ਚੰਡੀਗੜ੍ਹ ਵਿੱਚ ਜਿਹੜੀ ਹੋ ਰਹੀ ਆ ਉਹਦੇ ਸਾਰੇ ਜਿੰਨੇ ਵੀ ਮੇਰੇ ਪ੍ਰੈਸ ਵਾਲੇ ਵੀਰ ਸੋਸ਼ਲ ਮੀਡੀਆ ਵਾਲੇ ਅਖਬਾਰਾਂ ਵਾਲੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਸਾਹਿਬ, ਸਰਦਾਰ ਹਰਮੀਤ ਸਿੰਘ ਜੀ ਕਾਦੀਆਂ ਅਤੇ ਮੈਂ ਹਰਿੰਦਰ ਸਿੰਘ ਲੱਖੋਵਾਲ, ਅਸੀਂ ਤਿੰਨੇ ਅੱਜ ਪ੍ਰੈਸ ਨੂੰ ਐਡਰੈਸ ਕਰਾਂਗੇ ਅਤੇ ਹੁਣ ਅਸੀਂ ਮੈਂ ਬੇਨਤੀ ਕਰੂੰਗੀ ਰਾਜੇਵਾਲ ਸਾਹਿਬ ਪ੍ਰੈਸ ਨੂੰ ਅੱਗੇ ਦੱਸਣਗੇ। ਇਸ ਤਰ੍ਹਾਂ ਪਿਛਲੇ ਦਿਨੀ ਅਸੀਂ ਕੁਝ ਭਾਜਪਾ ਨੂੰ ਸਵਾਲ 11 ਸਵਾਲ ਕੀਤੇ ਸੀ, ਜਿਹਦੇ 'ਤੇ ਅਸੀਂ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ, ਇਹ 11 ਸਵਾਲ ਜਦੋਂ ਭਾਜਪਾ ਦੇ ਉਮੀਦਵਾਰ ਹੁੰਦੇ ਉਹਨਾਂ ਨੂੰ ਕੀਤੇ ਜਾਣ। ਇੱਕ ਸਾਨੂੰ ਤਸੱਲੀ ਹੁੰਦੀ ਹੈ, ਹੁਣ ਤੱਕ ਜਿੰਨੀਆਂ ਇਲੈਕਸ਼ਨਸ ਹੋਈਆਂ ਉਹਨਾਂ ਇਲੈਕਸ਼ਨਸ ਵਿੱਚ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਸੀ, ਰਿਆਇਆ ਵਾਂਗੂ ਪੇਸ਼ ਹੁੰਦੇ ਸੀ, ਹੱਥ ਜੋੜ ਕੇ ਖੜ੍ਹੇ ਹੁੰਦੇ ਸੀ ਵੀ ਜਦੋਂ ਉਮੀਦਵਾਰ ਨੇ ਆਉਣਾ ਉਹਦਾ ਸਵਾਗਤ ਕਰਨਾ। ਇਹ ਪਹਿਲੀ ਵਾਰੀ ਹੋਇਆ ਵੀ ਲੋਕ ਸਵਾਲ ਕਰਨ ਲੱਗੇ ਨੇ, ਉਹ ਤੋਂ ਜਿਹੜੇ ਪੋਲੀਟੀਕਲ ਲੋਕ ਨੇ ਉਹ ਭਚੱਕੇ ਜਿਹੇ ਰਹਿ ਗਏ ਵੀ ਆਹ ਕੀ ਹੋ ਗਿਆ, ਉਹ ਆਪਣੇ ਆਪ ਨੂੰ ਸੁਪਰ ਹਿਊਮਨ ਸਮਝਣ ਲੱਗੇ ਨੇ, ਉਹ ਸਮਝਦੇ ਨੇ ਵੀ ਅਸੀਂ ਰਜਵਾੜੇ ਹਾਂ, ਲੋਕ ਸਾਨੂੰ ਸਵਾਲ ਕਿਉਂ ਕਰਦੇ ਨੇ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਜਥੇਬੰਦੀਆਂ ਵਾਲੇ ਵੀ ਜਿਹੜੀ ਵੀ ਜਿਹਦੀ ਵੀ ਸਰਕਾਰ ਕੋਈ ਜ਼ਿਆਦਤੀ ਕਰਦੀ ਹੈ ਤਾਂ ਉਹਦੇ ਮੁੱਦੇ ਜ਼ਰੂਰ ਉਠਾਏ ਜਾਣੇ ਚਾਹੀਦੇ ਆ। ਤੁਹਾਨੂੰ ਪਤਾ ਅਸੀਂ ਦਿੱਲੀ 'ਚ ਵੱਡਾ ਅੰਦੋਲਨ ਲੜ ਕੇ ਆਏ ਹਾਂ, ਉੱਥੇ ਭਾਜਪਾ ਦੀ ਹਕੂਮਤ ਆ, ਉਹਨਾਂ ਨੇ ਜੋ ਕੁਝ ਸਾਡੇ ਨਾਲ ਸਲੂਕ ਕੀਤਾ ਮੇਨਲੀ ਉਹ ਸਾਰੇ ਸਵਾਲ ਉਸੇ ਉਹਨਾਂ ਦੇ ਰਵੱਈਏ ਦੇ ਆਲੇ ਦੁਆਲੇ ਘੁੰਮਦੇ ਨੇ। ਆ ਜਿਹੜਾ ਇਸ ਵੇਲੇ ਅੰਦੋਲਨ ਚੱਲਦਾ ਉਹ ਸਵਾਲ ਵੀ ਉਸ ਰਵੱਈਏ ਦੇ ਆਲੇ ਦੁਆਲੇ ਆ, ਪੋਲਿਸੀਜ਼ ਦੇ ਉੱਤੇ ਨੇ। ਪਿਛਲੇ ਦਿਨੀ ਸ੍ਰੀ ਸੁਨੀਲ ਜਾਖੜ ਹੋਰਾਂ ਨੇ, ਜਿਹੜੇ ਬੀਜੇਪੀ ਦੇ ਇਸ ਵੇਲੇ ਪ੍ਰਧਾਨ ਨੇ, ਕਿਸੇ ਵੇਲੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਕਿਹਾ ਇਹ ਗਿਆ ਸੀ ਵੀ ਉਹ ਸਾਡੇ ਸਵਾਲਾਂ ਦੇ ਜਵਾਬ ਦੇਣਗੇ। ਇੱਕ ਵੀ ਸਵਾਲ ਦਾ ਸਾਡੇ ਦਾ ਜਵਾਬ ਉਹਨਾਂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਨਹੀਂ, ਸਿਰਫ ਮੱਡ ਸਲਿੰਗਿੰਗ ਕੀਤੀ ਹੈ, ਇਦੋਂ ਵੱਧ ਕੁਛ ਨਹੀਂ ਹੋਇਆ, ਚਿੱਕੜ ਸਿੱਟਣ ਤੋਂ ਸਿਵਾ ਕੁਛ ਨਹੀਂ ਹੋਇਆ। ਫਿਰ ਵੀ ਜੋ ਕੁਛ ਉਹਨਾਂ ਨੇ ਕਿਹਾ ਉਹਦੇ 'ਤੇ ਕੁਛ ਅਸੀਂ ਆਪਣਾ ਰਿਐਕਸ਼ਨ ਤੁਹਾਡੇ ਰਾਹੀਂ ਪਹੁੰਚਾਉਣਾ ਚਾਹੁੰਦੇ ਹਾਂ। ਉਹਨਾਂ ਨੇ ਇੱਕ ਗੱਲ ਕਹੀ ਸੀ ਬਈ ਉਹ 2014 'ਚ ਆਏ, ਉਦੋਂ ਕਣਕ ਅਤੇ ਝੋਨਾ 32,000 ਕਰੋੜ ਰੁਪਏ ਦਾ ਪੰਜਾਬ ਵਿੱਚ ਵਿਕਿਆ ਸੀ ਅਤੇ ਹੁਣ 2024 ਵਿੱਚ ਇਹੀ 70,000 ਕਰੋੜ ਦਾ ਵਿਕਿਆ। ਸਾਡਾ ਇਹ ਕਹਿਣਾ ਵੀ ਉਹਨਾਂ ਨੇ A2+FL ਦੇ ਹਿਸਾਬ ਨਾਲ ਇਹ ਪਾ ਮਿਥਿਆ, ਉਹਨਾਂ ਦਾ ਵਾਅਦਾ ਸੀ C2+50% ਦਾ, ਜੇ C2+50% ਦੇ ਹਿਸਾਬ ਨਾਲ ਦਿੰਦੇ ਤਾਂ ਅੱਜ ਇਹੀ 73,000 ਕਰੋੜ ਦਾ ਇਹ ਸਾਡੀ ਦੋਵੇਂ ਫਸਲਾਂ ਹੋਣੀਆਂ ਸੀ। ਇਹ ਇੱਕ ਸਾਲ ਵਿੱਚ 3,000 ਕਰੋੜ ਰੁਪਈਆ ਸਾਡਾ ਉਹ ਰਗੜ ਗਏ, ਇਹ ਤਾਂ ਪਹਿਲਾਂ ਹਰ ਸਾਲ ਵਿੱਚ ਜਿਹੜਾ A2+FL ਨਾਲ ਸਾਨੂੰ ਘਾਟਾ ਪੈਂਦਾ ਰਿਹਾ ਉਹ ਅਲੱਗ, ਇਹ ਉਹਨਾਂ ਨੇ ਕਿਉਂ ਨਹੀਂ ਸਪਸ਼ਟ ਕੀਤਾ ਵੀ ਉਹ A2+50% ਦਾ ਫਾਰਮੂਲਾ ਜਿਹੜਾ ਉਹਨਾਂ ਦੇ ਮੈਨੀਫੈਸਟੋ ਵਿੱਚ ਵੀ ਸੀ ਉਹ ਉਹਨਾਂ ਨੇ ਕਿਉਂ ਉਹਨੂੰ ਇਗਨੋਰ ਕਰੀ ਰੱਖਿਆ, A2+FL ਦੇ ਮੁਤਾਬਕ ਪਾ ਦੇ ਕੇ ਸਾਨੂੰ ਟਾਲਦੇ ਰਹੇ। ਦੂਜੀ ਗੱਲ, ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਸਾਡਾ ਸਵਾਲ ਹੈ ਵੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਵਧੀਆ ਲਗਾਤਾਰ 10 ਸਾਲਾਂ 'ਚ ਉਹਦਾ ਉਹ ਜ਼ਿਕਰ ਕਿਉਂ ਨਹੀਂ ਕਰਦੇ? ਉਸ ਵੇਲੇ ਮਿਸਾਲ ਦੇ ਤੌਰ 'ਤੇ ਡੀਜ਼ਲ ਦਾ ਰੇਟ 55 ਰੁਪਏ 48 ਪੈਸੇ ਪਰ ਲੀਟਰ ਸੀ, ਜਿਹੜਾ ਇਸ ਵੇਲੇ 87 ਰੁਪਏ 11 ਪੈਸੇ ਹੈ, 60% ਇਨਕਰੀਜ਼ ਹੈ।
ਇੱਕ ਟਰੈਕਟਰ ਆਮ ਟਰੈਕਟਰ ਜਿਹੜਾ ਸੀ ਸਵਰਾਜ ਦਾ ਮੈਂ ਜ਼ਿਕਰ ਕਰਾਂ 3.5 ਲੱਖ ਰੁਪਈਏ ਦਾ ਸੀ ਉਸ ਵੇਲੇ 2014 'ਚ, ਜਿਹਦੀ ਕੀਮਤ ਇਸ ਵੇਲੇ 7,84,400 ਰੁਪਈਆ ਹੈ। 125% ਇਨਕਰੀਜ਼ ਹੈ, ਦੁੱਗਣੇ ਤੋਂ ਵੀ ਵੱਧ ਗਿਆ। ਇਸੇ ਤਰ੍ਹਾਂ ਹਰ ਚੀਜ਼ ਦੇ ਰੇਟ ਵਧੇ। ਇੱਕ ਹੋਰ ਬੜੀ ਕਮਾਲ ਹੋਈ, ਭਾਜਪਾ ਦੇ ਆਉਣ ਤੋਂ ਪਹਿਲਾਂ ਕਦੇ ਐਗਰੀਕਲਚਰ ਇਨਪੁੱਟਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਹੁੰਦਾ। ਇਹਨਾਂ ਨੇ ਪਹਿਲਾਂ 18% GST ਲਾਇਆ ਅਤੇ ਹੁਣ 28% GST ਲਾਇਆ। ਇਹ ਕੰਮ ਤਾਂ ਭਾਜਪਾ ਦਾ ਕੀਤਾ, ਇਹਦਾ ਉਹ ਜ਼ਿਕਰ ਕਿਉਂ ਨਹੀਂ ਕਰਦੇ? ਇਸੇ ਤਰ੍ਹਾਂ ਉਹਨਾਂ ਨੇ ਇੱਕ ਕਿਹਾ ਵੀ ਅਸੀਂ ਪਾਣੀ ਦੇ ਮੋਰਚੇ 'ਤੇ ਕੰਮ ਬਹੁਤ ਕੀਤਾ ਸੀ, ਫਿਰ ਅਸੀਂ ਚੁੱਪ ਕਿਉਂ ਕਰ ਗਏ? ਮੇਰਾ ਜਵਾਬ ਬੜਾ ਸਪਸ਼ਟ ਹੈ, ਅਸੀਂ ਮੋਰਚਾ ਹਾਲੇ ਵੀ ਲਾਉਣਾ ਹੈ, ਪਰ ਕਿਉਂਕਿ ਸਾਡੇ ਸਾਥੀਆਂ ਨੇ ਬਾਰਡਰ 'ਤੇ ਮੋਰਚਾ ਲਾ ਦਿੱਤਾ ਸੀ, ਅਸੀਂ ਉਹ ਮੋਰਚਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਸਾਨੂੰ ਸਾਡੇ ਕੰਮ ਦਾ ਪਤਾ ਹੈ, ਅਸੀਂ ਇਲੈਕਸ਼ਨ ਨਹੀਂ ਲੜ ਰਹੇ, ਅਸੀਂ ਕਿਸਾਨਾਂ ਦੀਆਂ ਮੰਗਾਂ ਲਈ ਪਹਿਲਾਂ ਵੀ ਲੜਦੇ ਸੀ, ਹੁਣ ਵੀ ਲੜਦੇ ਹਾਂ, ਫਿਰ ਵੀ ਲੜਾਂਗੇ। ਸਾਨੂੰ ਪਤਾ ਵੀ ਕਿਹੜਾ ਮੋਰਚਾ ਅਸੀਂ ਕਦੋਂ ਲਾਉਣਾ। ਅਸੀਂ ਇੱਕ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਦੂਜਾ ਮੋਰਚਾ ਨਹੀਂ ਸੀ ਲਾਉਣਾ ਚਾਹੁੰਦੇ। ਇਹ ਸਾਡੇ ਮੂੰਹ 'ਚ ਗੱਲ ਨਾ ਪਾਉਣ। ਤੀਸਰੀ ਗੱਲ ਇੱਕ ਇਹ ਵੀ ਮੈਨੂੰ ਸਾਨੂੰ ਮਹਿਸੂਸ ਹੁੰਦੀ ਹੈ ਵੀ ਅੱਜ ਭਾਜਪਾ ਵਾਲੇ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਹੈਗਾ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਗੱਲ ਕਹੀ ਸੀ, ਉਹਨਾਂ ਨੇ ਪਹਿਲਾਂ ਉਹ ਮਿਲੇ, ਉਹਦੇ ਜਵਾਬ 'ਚ ਅਸੀਂ ਕਮਿਸ਼ਨ ਨੂੰ ਕਹਿ ਕੇ ਆਏ ਵੀ ਸਾਡਾ ਸਾਰਾ ਸਵਾਲ ਕਰਨ ਦਾ ਪ੍ਰੋਗਰਾਮ ਟੋਟਲੀ ਪੀਸਫੁਲ ਹੋਏਗਾ, ਅਸੀਂ ਕਿਤੇ ਵਾਇਲੈਂਟ ਨਹੀਂ ਹੋਵਾਂਗੇ, ਸਵਾਲ ਕਰਨਾ ਸਾਡਾ ਅਧਿਕਾਰ ਹੈ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ, ਉਹਨਾਂ ਨੂੰ ਅਧਿਕਾਰ ਹੈ ਸਵਾਲ ਕਰਨ, ਪੁੱਛਣ ਵੀ ਉਹਨਾਂ ਦੀ ਕੀ ਪਾਲਿਸੀ ਹੈ। ਪਰ ਹੁੰਦਾ ਇਹ ਹੈ ਵੀ ਜਦੋਂ ਅਸੀਂ ਸਵਾਲ ਕਰਨਾ ਹੁੰਦਾ, ਇਹਨਾਂ ਦੇ ਕੈਂਡੀਡੇਟ ਆਉਂਦੇ ਆ, ਪਹਿਲੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਵੀ ਅਸੀਂ ਲੋਕਾਂ 'ਤੇ ਮਿੱਟੀ ਪਾ ਕੇ ਲੰਘ ਜਾਈਏ, ਉਹ ਰੁਕਦੇ ਹੀ ਨਹੀਂ, ਅਤੇ ਰੋਕਣ ਵਾਸਤੇ ਅੱਗੇ ਘੇਰਨਾ ਪੈਂਦਾ, ਅਤੇ ਜਦੋਂ ਘੇਰਦੇ ਨੇ ਤਾਂ ਜਿਹੜੇ ਇਹਨਾਂ ਦੇ ਨਾਲ ਸੋ ਕਾਲਡ ਵਰਕਰਸ ਹੁੰਦੇ ਨੇ, ਜਿਹਨਾਂ ਨੂੰ ਵਰਕਰ ਕਹਿੰਦੇ ਆ, ਉਹ ਖਰੂਦੀ ਕਿਸਮ ਦੇ ਲੋਕ ਨੇ, ਉਹ ਜਦੇ ਸਾਡੇ ਬੰਦਿਆਂ ਨਾਲ ਧੱਕਾ ਮੁੱਕੀ ਕਰਨਾ ਸ਼ੁਰੂ ਕਰ ਦਿੰਦੇ ਨੇ, ਅਤੇ ਪੁਲਿਸ ਉਹਨਾਂ ਦੀ ਮਦਦ 'ਤੇ ਆ ਜਾਂਦੀ ਹੈ। ਇਸ ਤਰ੍ਹਾਂ ਇਹ ਖੁਦ ਹਾਲਾਤ ਖਰਾਬ ਕਰਦੇ ਨੇ, ਸਾਡਾ ਕੋਈ ਮਨਸ਼ਾ ਨਹੀਂ। ਅੱਜ ਵੀ ਤੁਹਾਡੇ ਰਾਹੀਂ ਆਪਣੇ ਸਾਰੇ ਕੇਡਰ ਨੂੰ ਇਹ ਹਦਾਇਤ ਕਰਦੇ ਹਾਂ ਕਿ ਸਾਡਾ ਸਵਾਲ ਕਰਨ ਦਾ ਤਰੀਕਾ ਵੀ ਟੋਟਲੀ ਪੀਸਫੁਲ, ਵਾਇਲੈਂਸ ਦੇ ਨੇੜੇ ਤੇੜੇ ਵੀ ਨਹੀਂ ਜਾਣਾ, ਜੇ ਕੋਈ ਉਕਸਾਵੇ ਵੀ ਤਾਂ ਵੀ ਉਕਸਾਹਟ 'ਚ ਨਹੀਂ ਆਉਣਾ। ਇਹ ਸਾਡਾ ਫੈਸਲਾ ਹੈ, ਪਰ ਸਵਾਲ ਅਸੀਂ ਜ਼ਰੂਰ ਕਰਾਂਗੇ। ਅਤੇ ਹੁਣ ਤੁਹਾਡੇ ਸਾਹਮਣੇ ਹਰਿੰਦਰ ਇੱਕ ਅਗਲਾ ਮੁੱਦਾ ਇਹ ਰੱਖੋ, ਜਿਵੇਂ ਅਸੀਂ 11 ਸਵਾਲ ਭਾਜਪਾ ਨੂੰ ਬਣਾਏ ਸੀ, ਉਸੇ ਤਰ੍ਹਾਂ 11 ਸਵਾਲ ਅਸੀਂ ਅੱਜ ਆਪ ਨੂੰ ਬਣਾਏ ਨੇ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਉਹਨਾਂ ਤੋਂ ਵੀ ਅਸੀਂ ਆਉਣ ਵਾਲੇ ਦਿਨਾਂ 'ਚ 11 ਸਵਾਲ ਜਿਹੜੇ ਆ ਪਿੰਡਾਂ ਦੇ ਵਿੱਚ ਪੁੱਛਾਂਗੇ। ਨੰਬਰ 1, ਲੰਪੀ ਪਸ਼ੂਆਂ ਦੀ ਜਿਹਨੂੰ ਲੰਬੀ ਸਕਿਮ ਪਈ ਸੀ ਬਿਮਾਰੀ, ਉਹਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 2, ਹੜ੍ਹਾਂ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 3, ਗੜੇਮਾਰੀ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਨੰਬਰ 4, ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ? ਨੰਬਰ 5, ਡੈਮ ਸੇਫਟੀ ਐਕਟ ਦਾ ਵਿਰੋਧ ਕਿਉਂ ਨਹੀਂ ਕੀਤਾ? ਨੰਬਰ 6, ਗੰਨੇ ਦੀ ਬਕਾਇਆ ਰਾਸ਼ੀ ਜੋ ਅੱਜ ਤੱਕ ਜਾਰੀ ਹੈ ਕਿਉਂ ਨਹੀਂ ਜਾਰੀ ਕੀਤੀ ਗਈ? ਨੰਬਰ 7, ਔਰਤਾਂ ਨੂੰ 1000 ਰੁਪਏ ਕਿਉਂ ਨਹੀਂ ਦਿੱਤੇ ਗਏ? ਨੰਬਰ 8, ਨਸ਼ੇ ਬੰਦ ਕਰਨ ਲਈ ਤੁਸੀਂ ਕੀ ਕੀਤਾ? ਨੰਬਰ 9, ਅਵਾਰਾ ਪਸ਼ੂਆਂ ਦਾ ਕੀ ਹੱਲ ਕੀਤਾ? ਨੰਬਰ 10, ਮੂੰਗੀ ਦੀ MSP ਤੁਸੀਂ ਕਹਿੰਦੇ ਸੀ ਉਹ ਨਹੀਂ ਦਿੱਤੀ, ਖਰੀਦ ਕਿਉਂ ਨਹੀਂ ਕੀਤੀ? ਅਤੇ ਸਾਰੀਆਂ ਫਸਲਾਂ 'ਤੇ
MSP ਦੀ ਵੀ ਤੁਸੀਂ ਗੱਲ ਸੀ, ਉਹ ਕਿਉਂ ਨਹੀਂ ਕੀਤੀ? ਨੰਬਰ 11 ਖੇਤੀ ਨੀਤੀ ਕਿਉਂ ਨਹੀਂ ਤੁਸੀਂ ਬਣਾਈ? ਤੁਸੀਂ ਕਹਿੰਦੇ ਸੀ 2 ਮਹੀਨੇ 'ਚ 3 ਮਹੀਨੇ 'ਚ ਖੇਤੀ ਨੀਤੀ ਅਸੀਂ ਬਣਾ ਦੇਵਾਂਗੇ, ਪਰ ਉਹ ਵੀ ਨਹੀਂ ਬਣਾਈ। ਅਸੀਂ 3 ਦਿਨ ਚੰਡੀਗੜ੍ਹ ਅੰਦੋਲਨ ਕੀਤਾ ਸੀ, 3 ਦਿਨ 12 ਮੰਗਾਂ 'ਤੇ ਵੀ ਸਾਡੀ ਸਹਿਮਤੀ ਹੋਈ ਸੀ, ਉਹਨਾਂ 'ਚੋਂ ਵੀ ਕੋਈ ਮੰਗਾਂ ਜਿਹੜੀਆਂ ਉਹ ਸਾਡੀਆਂ ਤੁਸੀਂ ਨਹੀਂ ਸਾਨੂੰ ਦਿੱਤੀਆਂ, ਕੋਈ ਐਲਾਨ ਨਹੀਂ ਕੀਤੇ, ਇਹ ਅਸੀਂ ਆਪ ਵੱਲੋਂ ਵੀ ਜਿਹੜੇ ਸਵਾਲ ਨੇ ਬਣਾਏ ਜਾਵਾਂਗੇ। ਦੂਸਰਾ, ਸਾਡੇ 'ਤੇ ਇੱਕ ਹੋਰ ਅਟੈਕ ਜਿਹੜਾ ਇਹਨਾਂ ਦੇ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ 'ਤੇ ਕੀਤਾ, ਅਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਜਦ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ, ਤੁਸੀਂ ਕੀ ਕੀਤਾ? ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ। ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ, ਮੈਂ ਮਜ਼ਦੂਰ ਹਾਂ। ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ, ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ, ਇਹ ਗਰੀਬਾਂ ਨੂੰ, ਇਹ ਮਜ਼ਦੂਰਾਂ ਨੂੰ ਹੱਕ 'ਚ ਕੋਈ ਗੱਲ ਕੀਤੀ ਹੋਵੇ। ਦੂਸਰਾ, ਉਹ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ, 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ, 12 ਕਰੋੜ ਦੀ ਉਹਨਾਂ ਕੋਲ ਕੋਠੀ ਆ, ਜਿੰਨੇ ਉਮੀਦਵਾਰ ਉੱਥੇ ਖੜ੍ਹੇ ਨੇ ਉਹ ਸਾਰਿਆਂ ਨੂੰ ਅਮੀਰ ਨੇ। ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜ੍ਹੇ ਅੱਧੇ ਉਮੀਦਵਾਰਾਂ ਨੂੰ ਅਮੀਰ ਹੋਣਗੇ, ਅਤੇ ਉਹ ਗਰੀਬ ਕਿੱਥੋਂ ਹੋ ਗਏ? ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ? ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ? ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ? ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਹਾਂ। ਫਿਰ ਕਹਿੰਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ, 1 ਤਰੀਕ ਨੂੰ ਵੋਟਾਂ ਪਾਓ, 2 ਨੂੰ ਮੈਂ ਦੇਖੂੰਗਾ। ਉਹ ਤੁਸੀਂ ਸਾਨੂੰ ਕੀ ਦੇਖ ਲਓਗੇ? ਅਸੀਂ ਪੰਜਾਬੀ ਹਾਂ, ਦੂਜੇ ਸਿੱਖ ਹਾਂ, ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ। ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂੰਗਾ, ਮੋਦੀ ਨੇ ਬਥੇਰਾ ਕੁਝ ਸਾਡੇ ਲਈ ਕੀਤਾ, ਰੋੜੇ ਕੱਢੇ, ਸਾਡੇ 'ਤੇ ਗੋਲੀਆਂ ਭਰਾਈਆਂ, ਪਰ ਕੁਛ ਨਹੀਂ ਕਰ ਸਕੇ। ਆਖਰ ਨੂੰ ਗਲਤੀ ਮੰਨ ਕੇ ਉਹਨੇ 3 ਕਾਲੇ ਕਾਨੂੰਨ ਵਾਪਸ ਲਏ ਸੀਗੇ। ਇਸ ਲਈ ਇਹੋ ਜਿਹੀਆਂ ਗੱਲਾਂ, ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਇਹ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ, ਪਿਆਰ ਨਾਲ ਕੁਛ ਕਰਵਾ ਲਓ, ਪਰ ਜੇ ਸਾਨੂੰ ਕੋਈ ਧੱਕੇ ਨਾ ਕਹੂਗਾ ਅਸੀਂ ਦਬਣ ਵਾਲੇ ਨਹੀਂ, ਅਸੀਂ ਵਿਰੋਧ ਕਰਾਂਗੇ। ਧੰਨਵਾਦ ਜੀ। ਹੁਣ ਹਰਮੀਤ ਸਿੰਘ ਕਾਦੀਆਂ। ਜਿਹੜਾ ਆਪਣਾ ਪੰਜਾਬੀ ਸੂਬਾ SKM ਇਹ ਸਮਝਦੀ ਆ ਵੀ ਇਹਦੇ 'ਚ ਸਭ ਤੋਂ ਵੱਧ ਭਾਈਚਾਰਕ ਸਾਂਝ ਆ, ਇਹ ਭਾਈਚਾਰਕ ਸਾਂਝ ਦਾ ਸਬੂਤ ਅੰਦੋਲਨ ਵੀ ਆ, ਅਤੇ ਅਲੱਗ ਅਲੱਗ ਲੱਗੇ ਹੋਏ ਮੋਰਚੇ ਜਿੱਥੇ ਹਰ ਤਰ੍ਹਾਂ ਦਾ ਵਰਗ ਆ ਕੇ ਕਿਸਾਨਾਂ ਦਾ ਸਾਥ ਵੀ ਦਿੰਦਾ ਅਤੇ ਕਿਸਾਨ ਵੀ ਉਹਨਾਂ ਦੇ ਨਾਲ ਉਹਨਾਂ ਦੀ ਮੁਸ਼ਕਲਾਂ ਨਾਲ ਖੜ੍ਹਦੇ ਆ। ਜਿਹੜੀ ਵਿਰੋਧਤਾ ਦਰਜ ਕਰਨ ਦੀ ਗੱਲ ਕੀਤੀ ਗਈ SKM ਵੱਲੋਂ 21 ਤਰੀਕ ਨੂੰ ਵੱਡਾ ਕੱਟ ਕਰਕੇ ਜਗਰਾਵੇ, ਇਹਦੀ ਵਿਰੋਧਤਾ ਦਰਜ ਕੀਤੀ ਜਾਊਗੀ। ਜਿਹੜੇ ਸਵਾਲ ਪ੍ਰਸ਼ਨ ਕੈਂਡੀਡੇਟਸ ਬੋਲ ਰਹੇ ਨੇ ਉਹ ਆਪਣੇ ਸਵਾਲਾਂ ਦੇ ਜਵਾਬ ਕਿਸੇ ਤਰੀਕੇ ਨਾਲ ਵੀ ਦਰਜ ਕਰਾ ਦੇਣ। ਅੱਜ ਜੇ ਮਾਣਯੋਗ BJP ਦੇ ਪ੍ਰਧਾਨ ਨੇ ਇੱਥੇ ਸਵਾਲ ਕੀਤੇ ਆ, ਅੱਜ ਅਸੀਂ ਉਹਦੇ ਜਵਾਬ ਦਿੱਤੇ ਆ। ਉਹ ਆਪਣੀ ਸ਼ਬਦਾਵਲੀ ਨੂੰ ਚੰਗਾ ਰੱਖਦੇ ਹੋਏ ਅਗਲੇ ਆਂਸਰ ਜਦੋਂ ਮਰਜ਼ੀ ਦੇ ਸਕਦੇ ਆ। ਜਿਹਦਾ ਸਾਨੂੰ ਖਰਾਬ ਕਿਸਮ ਦੇ ਆਂਸਰ ਸਮਝਦੇ ਆ ਤਾਂ ਅਸੀਂ ਤਾਂ ਲੌਜੀਕਲੀ ਉਹਨਾਂ ਨੂੰ ਕੁਐਸਚਨ ਪੁੱਛਿਆ ਅਤੇ ਲੌਜੀਕਲੀ ਉਹ ਆਪਣੇ ਆਂਸਰ ਦੇਣ, ਆਪਣੇ ਆਂਸਰ ਤੋਂ ਭੱਜਣ ਨਾ। ਉਹੀ ਲੋਕ ਉਹਨਾਂ ਨੂੰ ਪਿੰਡਾਂ 'ਚ ਪੁੱਛ ਰਹੇ ਨੇ। 21 ਤਰੀਕ ਨੂੰ ਸਾਰਿਆਂ ਨੂੰ ਤੁਹਾਡੇ ਮਾਧਿਅਮ ਥਰੂ ਅਸੀਂ ਬੇਨਤੀ ਕਰਦੇ ਹਾਂ ਵੀ ਵੱਡੇ ਕੱਟ ਦੇ ਰੂਪ ਦੇ ਵਿੱਚ ਜਿਹੜੇ BJP ਦੇ ਵਿਰੋਧ ਦੇ ਅਤੇ ਸਰਕਾਰਾਂ ਮੌਕੇ ਦੀਆਂ ਵਿਰੋਧ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੇ ਉਹਦੇ ਵੱਡੇ ਕੱਟ ਆਪਾਂ 21 ਤਰੀਕ ਨੂੰ ਜਗਰਾਵਾਂ 'ਚ ਲੈ ਕੇ ਜਾਈਏ, ਜਿੱਥੇ ਜਿਹੜੀ ਇਲੈਕਟੋਰਲ ਪੋਲੀਟਿਕਸ ਦਾ ਉਹਨੂੰ ਇਹ ਸਮਝ ਲੱਗੇ ਵੀ ਲੋਕ ਆਪਣੀ ਮੰਗਾਂ ਲਈ ਜਾਗਰੂਕ ਹੋ ਚੁੱਕੇ ਆ, ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਅੱਗੇ ਆਉਣ ਵਾਲੇ ਸਮੇਂ 'ਚ ਵੋਟ ਪਾਉਣਗੇ। ਅਤੇ ਸਾਰੇ ਆਵਾਮ ਨੂੰ ਇਹ ਬੇਨਤੀ ਹੈ SKM ਵੱਲੋਂ ਵੀ ਜਿਹੜਾ ਆਪਣਾ ਭਾਈਚਾਰਕ ਸਾਂਝ ਤੁਹਾਡੀ ਗਲੀ ਮੁਹੱਲੇ ਪਿੰਡਾਂ 'ਚ ਬਣਿਆ ਹੋਇਆ ਉਹਨੂੰ ਆਹ ਇਲੈਕਸ਼ਨਾਂ ਖਾਤਰ ਖਰਾਬ ਨਾ ਕਰਨ ਅਤੇ ਸ਼ਾਂਤਪੂਰਨ ਵੀ ਆਪਣੀ ਵੋਟ ਪਾਉਣ। ਇੱਕ ਬੇਨਤੀ ਮੈਂ ਹੋਰ ਕਰਨੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇੱਥੇ ਜਿਹੜਾ ਦਿੱਲੀ ਅੰਦੋਲਨ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ ਇਸੇ ਹਾਲ ਵਿੱਚ,
ਇਹਦੇ ਉਸ ਵੇਲੇ ਸੁਨੀਲ ਜਾਖੜ ਹੋਣੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ। ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਉਸ ਸੈਮੀਨਾਰ ਦੇ ਵਿੱਚ ਉਸ ਆਲ ਪਾਰਟੀ ਮੀਟਿੰਗ 'ਚ ਹਾਜ਼ਰ ਸੀ। ਸਾਰੀ ਗੱਲਬਾਤ ਅਖੀਰ ਵਿੱਚ ਜਾਖੜ ਸਾਹਿਬ ਨੂੰ ਮੈਂ ਟਾਈਮ ਦਿੱਤਾ ਸੀ, ਇਹ ਬੋਲੇ ਸੀ। ਇਹਨਾਂ ਦੇ ਮੈਂ ਸ਼ਬਦ ਜਾਖੜ ਸਾਹਿਬ ਨੂੰ ਯਾਦ ਕਰਾਉਣਾ, ਇਹਨਾਂ ਨੇ ਕਿਹਾ ਸੀ ਬਈ ਜਿਸ ਤਰ੍ਹਾਂ ਦੇ ਕਾਨੂੰਨ ਜਿਨ੍ਹਾਂ ਦਾ ਅੱਜ ਇੱਥੇ ਸੈਮੀਨਾਰ 'ਚ ਜ਼ਿਕਰ ਹੋਇਆ, ਜੇ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਨਾ ਲੜੇ ਸਾਰੇ ਪਾਰਟੀਆਂ ਵਾਲੇ ਸਾਰੇ ਪੰਜਾਬੀ, ਤਾਂ ਘੱਟੋ ਘੱਟ ਪੰਜਾਬ ਨੇ ਨਹੀਂ ਬਚਣਾ। ਔਰ ਇਹ ਵੀ ਕਿਹਾ ਸੀ ਵੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਸਾਨੂੰ ਸੱਦਾ ਦਿਓ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਕਰਾਂਗੇ। ਅਤੇ ਅਸੀਂ ਤਾਂ ਲੜਾਈ ਕਰਕੇ ਕਾਨੂੰਨ ਵਾਪਸ ਕਰਾ ਕੇ ਆ ਗਏ, ਅਤੇ ਮੋਢੇ ਨਾਲ ਮੋਢਾ ਸਾਡੇ ਨਾਲ ਅੱਜ ਤੱਕ ਜਾਖੜ ਸਾਹਿਬ ਨੇ ਤਾਂ ਲਾਇਆ ਨਹੀਂ, ਇੱਕ ਗੱਲ। ਦੂਸਰੀ, ਸਾਨੂੰ ਇਹ ਲੱਗਦਾ ਵੀ ਅੱਜ ਹੁਣ ਬੀਜੇਪੀ ਕੋਈ ਨਹੀਂ ਹੈ, ਇਹ ਹਾਈਬ੍ਰਿਡ ਹੋ ਗਈ। ਇਹਦੇ ਵਿੱਚ ਕਾਂਗਰਸ ਵੀ ਆ ਗਈ, ਅਕਾਲੀ ਦਲ ਵੀ ਆ ਗਿਆ, ਆਮ ਆਦਮੀ ਪਾਰਟੀ ਵੀ ਆ ਗਈ, ਸਾਰੀਆਂ ਪਾਰਟੀਆਂ ਦਾ ਮਿਲਗੋਭਾ ਜਿਹਾ ਇਹ ਇਸ ਤਰ੍ਹਾਂ ਦੀ ਪਾਰਟੀ ਬਣ ਗਈ ਜਿਹੜੀ ਮਿਕਸਡ ਬਰੀਡ ਜੀ ਹੈ। ਅਤੇ ਉਹਨਾਂ ਨੂੰ ਉਹ ਕੋਈ ਆਪੋ ਵਿੱਚ ਹੀ ਉਹਨਾਂ ਦੇ ਸੁਭਾਅ ਵੀ ਨਹੀਂ ਹਾਲੇ ਮਿਲੇ। ਇੱਦਾਂ ਦਾ ਜਦੋਂ ਆਪੋ ਵਿੱਚ ਹੀ ਇਕੱਠੇ ਹੋਏ, ਫਿਰ ਟਾਈਮ ਨਹੀਂ ਮਿਲਿਆ ਹਾਲੇ ਆਪੋ ਵਿੱਚ ਹੀ ਕੁਹੀਨ ਬਣਾਉਣ ਵਾਸਤੇ, ਆਪੋ ਵਿੱਚ ਹੀ ਸਾਂਝ ਬਣਾਉਣ ਵਾਸਤੇ ਇਹਨਾਂ ਨੂੰ ਸਮਾਂ ਨਹੀਂ ਮਿਲਿਆ। ਅਤੇ ਕੋਈ ਕੁਛ ਬੋਲੀ ਜਾਂਦਾ, ਕੋਈ ਕੁਛ ਬੋਲੀ ਜਾਂਦਾ, ਇੱਕ ਤਰ੍ਹਾਂ ਦੀ ਇਨਡਿਸਿਪਲਿਨਡ ਫੌਜ ਹੈ ਜਿਹੜੀ ਆਪਣੇ ਆਪ ਨੂੰ ਹੁਕਮਰਾਨ ਸਮਝਦੀ ਹੈ, ਲੋਕਾਂ ਨੂੰ ਰਿਆਇਆ ਸਮਝਦੀ ਹੈ। ਅਤੇ ਇਸੇ ਕਰਕੇ ਉਹਨਾਂ ਨੂੰ ਸਾਡੇ ਸਵਾਲ ਅਜੀਬ ਲੱਗਦੇ ਨੇ, ਇਹਦਾ ਉਹ ਜਵਾਬ ਦੇਣਾ ਨਹੀਂ ਚਾਹੁੰਦੇ। ਸਾਨੂੰ ਅਫਸੋਸ ਹੈ ਵੀ ਸਾਡੇ 11 ਸਵਾਲਾਂ ਦਾ ਜਵਾਬ ਦਿੰਦੇ ਸਾਨੂੰ ਖੁਸ਼ੀ ਹੁੰਦੀ। ਜੇ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੀ ਪੂਰੀ ਫੌਜ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ, ਤਾਂ ਪੰਜਾਬ ਦੇ ਲੋਕ ਇਹਦੇ ਮਾਹਨੇ ਕੀ ਕੱਢਣ? ਇਹ ਲੋਕਾਂ ਨੂੰ ਸੋਚਣਾ ਪਏਗਾ। ਅਸੀਂ 13 ਮਹੀਨੇ ਉੱਥੇ ਬੈਠੇ ਅੰਦੋਲਨ 'ਚ, ਸਰਕਾਰ ਇਹਨਾਂ ਦੀ ਸੀ, ਸਵਾਲ ਕਿਤੇ ਕਰੀਏ ਘੁੱਦੇ 'ਤੇ? ਇਹਨਾਂ 'ਤੇ ਹੋਣਗੇ। ਪੰਜਾਬ ਸਰਕਾਰ ਨਾਲ ਜੋ ਕੁਛ ਸੰਬੰਧਿਤ ਆ, ਹਰਿੰਦਰ ਸਿੰਘ ਨੇ ਆ ਜੋ ਸਵਾਲ ਪੜ੍ਹ ਕੇ ਸੁਣਾਤੇ, ਉਹ ਵੀ ਸਾਡੇ ਲੋਕ ਸਵਾਲ ਕਰ ਰਹੇ ਨੇ। ਇੱਥੇ ਪੰਜਾਬ ਵਿੱਚ ਰਾਜ ਕਰਨ ਵਾਲੀ ਪਾਰਟੀ 'ਤੇ ਵੀ ਸਵਾਲ ਕਰ ਰਹੇ ਹਾਂ, ਜਿਨ੍ਹਾਂ ਦਾ ਕੇਂਦਰ ਵਿੱਚ ਰਾਜ ਭਾਗ ਸੀ ਉਹਨਾਂ 'ਤੇ ਵੀ ਸਵਾਲ ਕਰ ਰਹੇ ਹਾਂ। ਅਤੇ ਸਵਾਲ ਕਰਨਾ ਸਾਡਾ ਅਧਿਕਾਰ ਹੈ। ਅਫਸੋਸ ਇਹ ਹੈ ਵੀ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਅਨਡੈਮੋਕ੍ਰੇਟਿਕ ਹੀ ਨਹੀਂ, ਡਿਕਟੇਟਰਾਂ ਵਾਲੀ ਰੁਚੀ ਸੀ। ਡਿਕਟੇਟਰਾਂ ਵਾਂਗ ਪੇਸ਼ ਆਏ, ਲੋਕਾਂ ਨੂੰ ਭੁੱਲ ਗਏ ਵੀ ਇਹ ਲੋਕ ਇਸ ਦੇਸ਼ ਦੇ ਨੇ, ਸਾਡੇ ਵੋਟਰ ਨੇ। 13 ਮਹੀਨੇ ਉੱਥੇ ਬਿਠਾ ਕੇ ਰੱਖਣਾ, 750 ਕਿਸਾਨਾਂ ਨੂੰ ਸ਼ਹੀਦ ਕਰ ਦੇਣਾ, ਅਤੇ ਸਾਹਮਣੇ ਲੋਕਾਂ ਦੇ ਮੈਂ ਇੱਕ ਕੇਸ ਦੀ, ਸ਼ੁਭ ਕਰਨ ਵਾਲੇ ਕੇਸ ਦੀ ਜਾਂਚ ਹੋ ਰਹੀ ਹੈ। ਮੈਂ ਉਸ ਜੱਜ ਨੂੰ ਸਵਾਲ ਕੀਤਾ ਸੀ, ਜੀ ਮੈਨੂੰ ਦੱਸਿਓ ਮੇਰਾ ਡੈਮੋਕ੍ਰੈਟਿਕ ਰਾਈਟ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ? ਕਹਿੰਦੇ ਹਾਂ। ਮੈਂ ਦਿੱਲੀ ਜਾਣਾ ਚਾਹੁੰਦਾ, ਕਿਸੇ ਨੂੰ ਡਿਸਟਰਬ ਨਹੀਂ ਕਰਦਾ, ਨੈਸ਼ਨਲ ਹਾਈਵੇ ਦੇ ਉੱਤੇ ਜਾਣਾ ਹੈ ਅਤੇ ਮੇਰਾ ਜਾਣ ਦਾ ਅਧਿਕਾਰ ਹੈ। ਹਾਂ। ਮੈਂ ਕਿਹਾ ਦਿੱਲੀ ਮੇਰੀ ਰਾਜਧਾਨੀ ਹੈ, ਉੱਥੇ ਜਾਣਾ ਚਾਹੁੰਦਾ, ਜਾ ਸਕਦਾ? ਹਾਂ। ਅਤੇ ਜੇ ਮੈਂ ਕਾਨੂੰਨ ਤੋੜਾਂ, ਪੁਲਿਸ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ? ਕਰ ਸਕਦੀ ਹੈ। ਅਤੇ ਮੈਂ ਕਿਹਾ ਜੇ ਅਸੀਂ ਨੈਸ਼ਨਲ ਹਾਈਵੇ ਬਲੋਕ ਕਰ ਦਈਏ ਤਾਂ ਸਾਡੇ 'ਤੇ ਨੈਸ਼ਨਲ ਹਾਈਵੇ ਐਕਟ ਵਿੱਚ ਪਰਚਾ ਦਰਜ ਹੁੰਦਾ। ਕੇਂਦਰ ਦੀ ਸਰਕਾਰ ਨੇ ਪਹਿਲਾਂ ਅਤੇ ਹੁਣ ਹਰਿਆਣੇ ਦੀ ਸਰਕਾਰ ਨੇ ਇਸ ਤਰ੍ਹਾਂ ਕਿੱਲ ਗੱਡੇ 7-7 ਲੇਅਰ ਦੇ ਵਿੱਚ ਬੈਰੀਕੇਡ ਖੜ੍ਹੇ ਕੀਤੇ। ਅਤੇ ਪੰਜਾਬ ਦਾ 2 ਵਾਰੀ, ਇੱਕ ਵਾਰੀ ਭਜਨ ਲਾਲ ਹਕੂਮਤ ਵੇਲੇ, ਦੂਜੀ ਵਾਰੀ ਹੁਣ ਖੱਟਰ ਹਕੂਮਤ ਨੇ,
ਇਸ ਤਰ੍ਹਾਂ ਸਾਰੀ ਸਾਰੇ ਦੇਸ਼ ਨਾਲੋਂ ਕਨੈਕਸ਼ਨ ਕੱਟਤਾ, ਜਿਵੇਂ ਇੱਥੇ ਫੋਰਨਰ ਵੱਸਦੇ ਹੋਣ, ਪੰਜਾਬੀ ਇਸ ਦੇਸ਼ ਦਾ ਹਿੱਸਾ ਨਾ ਹੋਣ। ਔਰ ਇਸ ਤਰ੍ਹਾਂ ਉਹਨਾਂ 'ਤੇ ਜਿਹੜਾ ਟੀਅਰ ਗੈਸ ਛੱਡੀ ਗਈ, ਜਿਹੜੇ ਢੰਗ ਨਾਲ ਅੰਨੇ ਵਾਹ ਟੀਅਰ ਗੈਸ ਛੱਡੀ, ਉਹਨਾਂ 'ਤੇ ਗੋਲੀਆਂ ਭਰਾਈਆਂ, ਉਹ ਇਸ ਤਰ੍ਹਾਂ ਕੀਤਾ ਜਿਵੇਂ ਕਿਤੇ ਪਾਕਿਸਤਾਨ ਦੀ ਫੌਜ ਨਾਲ ਲੜਾਈ ਹੁੰਦੀ ਹੋਵੇ। ਅਤੇ ਫਿਰ ਇੱਥੇ ਦੇ ਲੋਕ ਜਿਹੜੇ ਇਸ ਦੇਸ਼ ਦੇ ਵਾਸੀ ਨੇ, ਇਹਦੇ ਮਾਲਕ ਨੇ, ਅਸਲੀ ਇੱਥੇ ਦੇ ਵੋਟਰ ਨੇ, ਜਿਨ੍ਹਾਂ ਨੇ ਹਕੂਮਤ ਚੁਣਨੀ ਹੈ, ਉਹਨਾਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ, ਉਹਨੂੰ ਇਹ ਇਨਕਾਰ ਨਹੀਂ ਕਰ ਸਕਦੇ। ਜੇ ਇਹਨਾਂ ਨੂੰ ਲੱਗਦਾ ਹੈ ਵੀ ਉਹ ਕੋਈ ਕੰਸਟੀਟਿਊਸ਼ਨ ਤੋਂ ਬਾਹਰ ਗੱਲ ਕਰਦੇ ਆ, ਜਾਂ ਤਾਂ ਸਾਬਤ ਕਰਨ, ਜੇ ਨਹੀਂ ਜਵਾਬ ਦੇਣਾ ਬਾਹਰ ਹੋ ਜਾਣ ਚੋਣ ਅਖਾੜੇ 'ਚੋਂ। ਜੇ ਸਾਡੇ ਕੋਲੋਂ ਵੋਟਾਂ ਲੈਣੀ ਹੈ ਤਾਂ ਸਵਾਲ ਤਾਂ ਜਵਾਬ ਦੇਣੇ ਹੀ ਪੈਣਗੇ। ਓਪਨ ਡਿਬੇਟ ਕਰਨ ਲਈ ਅਸੀਂ ਹਮੇਸ਼ਾ ਤਿਆਰ ਹਾਂ, ਜਦੋਂ ਮਰਜ਼ੀ ਜਾਖੜ ਸਾਹਿਬ ਕਹਿਣ, ਅਸੀਂ ਕੋਈ ਵੀ ਦਿਨ ਉਹਨਾਂ ਨੂੰ ਰੱਖ ਲਾਂਗੇ, ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਾਨੂੰ ਦੱਸਣਾ ਵੀ ਕਿਸ ਦਿਨ ਕਿਸ ਜਗ੍ਹਾ ਅਤੇ ਕਿਹੜੀ ਤਾਰੀਖ ਨੂੰ, ਉਹ ਜਿੱਥੇ ਕਹਿਣਗੇ ਅਸੀਂ ਉੱਥੇ ਡਿਬੇਟ ਕਰਨ ਲਈ ਪਹੁੰਚ ਜਾਂਦੇ। ਉਹ ਇੰਡੀਵਿਜੁਅਲ ਕੇਸ ਹੈ, ਉਹਦੇ ਨਾਲ ਐਸ ਟੀ ਐਮ ਦਾ ਸੰਬੰਧ ਨਹੀਂ। ਅਸੀਂ ਹੁਣੇ ਤੁਹਾਡੇ ਸਾਹਮਣੇ ਕਿਹਾ ਵੀ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਬਿਲਕੁਲ ਸ਼ਾਮਿਲ ਨਹੀਂ, ਅਸੀਂ ਇਹਨੂੰ ਰੈਕਗਨਾਈਜ਼ ਨਹੀਂ ਕਰਦੇ। ਉਹ ਉਹਨਾਂ ਦੇ ਕਹਿਣ 'ਤੇ ਛੱਡੋ, ਅਸੀਂ ਇਸ ਵਰਤਾਰੇ ਨੂੰ ਅਪਰੂਵ ਨਹੀਂ ਕਰਦੇ। ਸਾਡਾ ਪਿਛਲੇ ਅੰਦੋਲਨ ਵਿੱਚ ਵੀ, ਇਸ ਅੰਦੋਲਨ 'ਚ ਵੀ ਸਾਡੇ ਸਾਰਾ ਭਾਈਚਾਰਕ ਸਾਂਝ ਹੀ ਨਹੀਂ ਰਹੀ, ਜਿੰਨਾ ਸਾਨੂੰ ਸਾਥ ਮਿਲਿਆ ਸ਼ਹਿਰਾਂ 'ਚੋਂ, ਪਿੰਡਾਂ 'ਚੋਂ, ਹਰ ਵਰਗ ਤੋਂ, ਉਹ ਆਪਣੇ ਆਪ ਵਿੱਚ ਲਾਮਿਸਾਲ ਹੈ। ਅਸੀਂ ਉਹ ਕਿਸੇ ਕੀਮਤ 'ਤੇ ਆਪਣਾ ਭਾਈਚਾਰਾ ਤੋੜਨ ਨੂੰ ਤਿਆਰ ਨਹੀਂ। ਜਦੋਂ ਕਿਸੇ ਦਾ ਸਾਥ ਦਿੰਦੇ ਆ, ਇੱਕ ਐਮ ਪੀ ਖੜਾ ਹੁੰਦਾ ਉਹਦਾ ਸਾਥ ਦੇ ਦਿੰਦੇ ਆ, ਉਹ ਇੱਕ ਸਾਲ ਬਾਅਦ ਦੂਜੀ ਪਾਰਟੀ ਚਲੇ ਜਾਂਦਾ, ਤਾਂ ਲੋਕ ਆਪਣੇ ਕੰਮ ਕਰਾਉਣ ਉਸ ਕੋਲ ਜਾਂਦੇ ਆ, ਤਾਂ ਉਹ ਕਹਿੰਦਾ ਤੁਸੀਂ ਉਸ ਪਾਰਟੀ ਨੂੰ ਵੋਟ ਦਿੱਤੀ ਸੀ, ਸਾਨੂੰ ਨਹੀਂ ਦਿੱਤੀ ਸੀ। ਜੇ ਉਸ ਪਾਰਟੀ ਕੋਲ ਜਾਂਦੇ ਆ, ਉਹ ਕਹਿੰਦੇ ਤੁਸੀਂ ਉਸ ਆਦਮੀ ਨੂੰ ਵੋਟ ਦਿੱਤੀ ਸੀ, ਸਾਨੂੰ ਨਹੀਂ ਦਿੱਤੀ ਸੀ। ਤਾਂ ਬਹੁਤ ਵੱਡਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਆਇਆ, ਜਿਹੜਾ ਪਾਰਟੀ ਛੱਡ ਕੇ ਦੂਜੇ ਚਲੇ ਜਾਣਾ, ਤਾਂ ਲੋਕ ਵੋਟ ਪਾਉਣ ਨੂੰ ਮਜਬੂਰ ਹੋਏ ਆ ਵੀ ਜਾਈਏ ਤਾਂ ਜਾਈਏ ਕਿਤੇ। ਇਕੱਲੇ ਐਸ ਕੇ ਐਮ ਨਹੀਂ, ਸਾਰੇ ਬੰਦੇ ਹੀ ਮਜਬੂਰ ਨੇ ਵੀ ਲੋਕ ਇੱਕ ਇਨਸਾਨ ਨੂੰ ਵੋਟ ਪਾਈ ਪਏ, ਜਿਹੜੀ ਪਾਰਲੀਮੈਂਟ ਸਾਡੀ ਆਵਾਜ਼ ਉਠਾਊ, ਜਾਂ ਇੱਕ ਪਾਰਟੀ ਨੂੰ ਵੋਟ ਪਾਈ ਜਾਵੇ ਜਿਹੜੀ ਸਾਡੀ ਪਾਰਲੀਮੈਂਟ 'ਚ ਆਵਾਜ਼ ਉਠਾਊ। ਮੇਰਾ ਜਾਖੜ ਸਾਹਿਬ ਦੇ ਇਸ ਸਵਾਲ ਦਾ ਜਵਾਬ ਹੈ, ਬਖਤੋਂ ਕੁੰਜੀ ਡੂਮਣੀ ਗਾਵੇ ਆਲ ਪਤਾਲ, ਉਹ ਲੀ ਤੋਂ ਲੈ ਗਏ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਆ। ਅਫਸੋਸਨਾਕ ਹੈ ਇੰਨੀ ਮਾੜੀ ਸੋਚ ਰੱਖਣਾ। ਅਸੀਂ ਤਾਂ ਕਿਸੇ ਦਾ ਇੱਦਾਂ ਦਾ ਵਿਰੋਧ ਕਰਨ ਦਾ ਕਦੇ ਸੋਚਿਆ ਨਹੀਂ, ਸਾਰੀ ਉਮਰ ਹੋ ਗਈ ਇੱਦਾਂ ਲੜਦੇ ਵੀ ਰਹੇ ਹਾਂ, ਸਵਾਲ ਵੀ ਕਰਦੇ ਰਹੇ ਹਾਂ, ਪਰ ਅਸੀਂ ਕਿਸੇ ਦੇ ਨਿੱਜੀ ਤੌਰ 'ਤੇ ਦੁਸ਼ਮਣ ਨਹੀਂ ਬਣੇ।
ਹੰਸਰਾਜ ਹੰਸ ਉਹ ਥੋੜੀ ਦੇਰ ਤੋਂ ਉਹਨਾਂ ਨੂੰ ਦਾਅ ਲੱਗ ਗਿਆ ਬੀਜੇਪੀ ਦੇ ਵਿੱਚ ਐਮ ਪੀ ਬਣਨ ਦਾ। ਉਹ ਵਿਚਾਰਾ ਹੁਣ ਕੁਛ ਤਾਂ ਕਹਿ ਕੇ ਖਹਿੜਾ ਛਡਾਊਗਾ ਹੀ, ਉਹਨਾਂ ਦੇ ਕੋਲ ਨੰਬਰ ਬਣਾਉਣੇ ਉਹਨਾਂ ਨੇ ਆਪਣੇ ਆਕਾ ਦੇ ਕੋਲ, ਅਤੇ ਕੋਈ ਨਹੀਂ ਉਹਨੂੰ ਕਹਿ ਲੈਣ ਤੋਂ ਅਸੀਂ ਨਹੀਂ ਲੜਦੇ, ਉਹਦਾ ਲੜਾਈ ਦਾ ਸੁਭਾਅ ਹੈਗਾ, ਕਰ ਲਵੇ ਜੀ ਸਦ ਕੇ ਜਦੋਂ 2 ਤਰੀਕ ਤੋਂ ਬਾਅਦ ਕੁਛ ਕਰੂੰਗਾ ਫਿਰ ਦੇਖਾਂਗੇ, ਇਹਦਾ ਸਵਾਲ ਇਹਦਾ ਜਵਾਬ ਉਸ ਵੇਲੇ ਦੇਵਾਂਗੇ। ਅੱਜ ਸਾਨੂੰ ਨਹੀਂ ਲੱਗਦਾ ਸਾਡਾ ਜਦੋਂ ਮੰਨ ਲਈ ਇਕੱਲਾ ਬੰਦਾ ਹਵਾ 'ਚ ਡਾਂਗਾ ਮਾਰੀ ਜੀ, ਜਦੋਂ ਸਾਹਮਣੇ ਵਾਲਾ ਤਾਂ ਕੋਈ ਤਿਆਰ ਨਹੀਂ ਲੜਨ ਨੂੰ, ਅਸੀਂ ਨਹੀਂ ਲੜਦੇ। ਇਹ